इस वक्त की वड्डी खबर आस्ट्रेलिया तो सामने आ रही है जिथे कि तीन भारतीयों की दर्दनाक मौत हुई है। तो दस दिए कि छुट्टियां मनाने के लिए तीनों भारतीय आस्ट्रेलिया गए हुए थे तो डुबन के कारण एक बीच के उत्ते कहा जा रहा है कि इन्हों की जान चली गई है। तो आस्ट्रेलिया के छुट्टियां मनाने गए तीन भारतीयों की मौत हुई है। मरण वालों च फगवाड़ा की एक औरत भी शामिल है। 40 साल की रीमा वजो उस औरत की पहचान हुई है। ਆਸਟ੍ਰੇਲੀਆ ਦੀ ਵਿਕਟੋਰੀਆ ਫਿਲਿਪ ਆਈਲੈਂਡ ਨੇੜੇ ਡੁੱਬਣ ਕਰਕੇ ਇਹਨਾਂ ਦੀ ਜਾਨ ਚਲੀ ਗਈ ਹੈ। ਕੁਝ ਰਿਸ਼ਤੇਦਾਰਾਂ ਦੇ ਨਾਲ ਛੁੱਟੀਆਂ ਮਨਾਉਣ ਆਸਟ੍ਰੇਲੀਆ ਗਈ ਸੀ ਰੀਮਾ। ਘੁੰਮਣ ਅਤੇ ਸਮੁੰਦਰ 'ਚ ਨਹਾਉਣ ਲਈ 10 ਲੋਕ ਬੀਚ 'ਤੇ ਗਏ ਸੀ ਅਤੇ ਸਮੁੰਦਰ ਦੀ ਲਹਿਰ 'ਚ ਡੁੱਬਣ ਕਰਕੇ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਆਸਟ੍ਰੇਲੀਆ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪਰਿਵਾਰਕ ਮੈਂਬਰ ਨੇ ਉਹ ਬੁਰੇ ਤਰੀਕੇ ਦੇ ਨਾਲ ਰੋਂਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਮਨਾਉਣ ਗਏ ਤਿੰਨ ਭਾਰਤੀਆਂ ਦੀ ਦਰਦਨਾਕ ਜਾਨ ਚਲੀ ਗਈ ਹੈ। ਮਰਨ ਵਾਲਿਆਂ ਦੇ ਵਿੱਚ ਇੱਕ ਫਗਵਾੜਾ ਦੀ ਔਰਤ ਵੀ ਸ਼ਾਮਲ ਹੈ। 40 ਸਾਲ ਦੀ ਰੀਮਾ ਵਜੋਂ ਉਸਦੀ ਪਹਿਚਾਣ ਹੋਈ ਹੈ। ਆਸਟ੍ਰੇਲੀਆ ਦੀ ਵਿਕਟੋਰੀਆ ਫਿਲਿਪ ਆਈਲੈਂਡ ਨੇੜੇ ਡੁੱਬਣ ਕਰਕੇ ਇਹਨਾਂ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਕੁਝ ਰਿਸ਼ਤੇਦਾਰਾਂ ਦੇ ਨਾਲ ਛੁੱਟੀਆਂ ਮਨਾਉਣ ਆਸਟ੍ਰੇਲੀਆ ਗਈ ਹੋਈ ਸੀ ਰੀਮਾ ਅਤੇ ਘੁੰਮਣ ਅਤੇ ਸਮੁੰਦਰ 'ਚ ਨਹਾਉਣ ਲਈ 10 ਲੋਕ ਬੀਚ 'ਤੇ ਗਏ ਸਨ ਅਤੇ ਸਮੁੰਦਰ ਦੀ ਲਹਿਰ 'ਚ ਡੁੱਬਣ ਕਰਕੇ ਤਿੰਨਾਂ ਦੀ ਮੌਤ ਹੋ ਗਈ ਹੈ। ਇਸ ਵਕਤ ਦੀ ਵੱਡੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਭਾਰਤੀਆਂ ਦੀ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਛੁੱਟੀਆਂ ਮਨਾਉਣ ਦੇ ਲਈ ਤਿੰਨੋਂ ਭਾਰਤੀ ਆਸਟ੍ਰੇਲੀਆ ਗਏ ਹੋਏ ਸੀ ਅਤੇ ਡੁੱਬਣ ਦੇ ਕਾਰਨ ਇੱਕ ਬੀਚ ਦੇ ਉੱਤੇ ਕਿਹਾ ਜਾ ਰਿਹਾ ਕਿ ਇਹਨਾਂ ਦੀ ਜਾਨ ਚਲੀ ਗਈ ਹੈ। ਤਾਂ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਮਨਾਉਣ ਗਏ ਤਿੰਨ ਭਾਰਤੀਆਂ ਦੀ ਮੌਤ ਹੋਈ ਹੈ। ਮਰਨ ਵਾਲਿਆਂ 'ਚ ਫਗਵਾੜਾ ਦੀ ਇੱਕ ਔਰਤ ਵੀ ਸ਼ਾਮਿਲ ਹੈ। 40 ਸਾਲ ਦੀ ਰੀਮਾ ਵਜੋਂ ਉਸ ਔਰਤ ਦੀ ਪਹਿਚਾਣ ਹੋਈ ਹੈ। ਆਸਟ੍ਰੇਲੀਆ ਦੀ ਵਿਕਟੋਰੀਆ ਫਿਲਿਪ ਆਈਲੈਂਡ ਨੇੜੇ ਡੁੱਬਣ ਕਰਕੇ ਇਹਨਾਂ ਦੀ ਜਾਨ ਚਲੀ ਗਈ ਹੈ। ਕੁਝ ਰਿਸ਼ਤੇਦਾਰਾਂ ਦੇ ਨਾਲ ਛੁੱਟੀਆਂ ਮਨਾਉਣ ਆਸਟ੍ਰੇਲੀਆ ਗਈ ਸੀ ਰੀਮਾ। ਘੁੰਮਣ ਅਤੇ ਸਮੁੰਦਰ 'ਚ ਨਹਾਉਣ ਲਈ 10 ਲੋਕ ਬੀਚ 'ਤੇ ਗਏ ਸੀ ਅਤੇ ਸਮੁੰਦਰ ਦੀ ਲਹਿਰ 'ਚ ਡੁੱਬਣ ਕਰਕੇ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਆਸਟ੍ਰੇਲੀਆ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪਰਿਵਾਰਕ ਮੈਂਬਰ ਨੇ ਉਹ ਬੁਰੇ ਤਰੀਕੇ ਦੇ ਨਾਲ ਰੋਂਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਮਨਾਉਣ ਗਏ ਤਿੰਨ ਭਾਰਤੀਆਂ ਦੀ ਦਰਦਨਾਕ ਜਾਨ ਚਲੀ ਗਈ ਹੈ। ਮਰਨ ਵਾਲਿਆਂ ਦੇ ਵਿੱਚ ਇੱਕ ਫਗਵਾੜਾ ਦੀ ਔਰਤ ਵੀ ਸ਼ਾਮਲ ਹੈ। 40 ਸਾਲ ਦੀ ਰੀਮਾ ਵਜੋਂ ਉਸਦੀ ਪਹਿਚਾਣ ਹੋਈ ਹੈ। ਆਸਟ੍ਰੇਲੀਆ ਦੀ ਵਿਕਟੋਰੀਆ ਫਿਲਿਪ ਆਈਲੈਂਡ ਨੇੜੇ ਡੁੱਬਣ ਕਰਕੇ ਇਹਨਾਂ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਕੁਝ ਰਿਸ਼ਤੇਦਾਰਾਂ ਦੇ ਨਾਲ ਛੁੱਟੀਆਂ ਮਨਾਉਣ ਆਸਟ੍ਰੇਲੀਆ ਗਈ ਹੋਈ ਸੀ ਰੀਮਾ ਅਤੇ ਘੁੰਮਣ ਅਤੇ ਸਮੁੰਦਰ 'ਚ ਨਹਾਉਣ ਲਈ 10 ਲੋਕ ਬੀਚ 'ਤੇ ਗਏ ਸਨ ਅਤੇ ਸਮੁੰਦਰ ਦੀ ਲਹਿਰ 'ਚ ਡੁੱਬਣ ਕਰਕੇ ਤਿੰਨਾਂ ਦੀ ਮੌਤ ਹੋ ਗਈ ਹੈ।